ਸੋਚ ਅੰਦਰੋਂ ਚਾਹੀਦੀ ਹੈ ਜੀ ਫੋਟੋਆਂ ਲਾਉਣਾ ਤਾਂ ਨਹੀਂ ਕੋਈ ਜ਼ਿਆਦਾ ਸੋਚ ਬਣਦੀ ਸੰਤਾਂ ਦੀ ਫੋਟੋ ਵੀ ਲਾ ਸਕਦੇ ਆ ਕੀੜੀ ਵੀ ਦਿਖਾਵਾਂਗੇ ਬਾਪੂ ਜੀ ਫੇਰ ਹੀ ਪਤਾ ਕੋ ਬੰਦਾ ਸਿੰਘ ਬਹਾਦਰ ਕੌਣ ਸੀ ਹਾਂ ਕਿਹੜਾ ਪੁੱਤ ਯਾਰ ਬੰਦਾ ਮਰ ਜਾਵੇ ਜਵਾਕਾਂ ਨੂੰ ਕਹਿੰਦਾ ਸਹੋਰ ਕਹਿੰਦਾ ਜਾਂਦਾ ਸੀ ਛੋਟੇ ਜਵਾਕਾਂ ਵਰਗੀਆਂ ਵੀ ਜਿਹੜੀ ਗੱਲ ਹੈ ਜੇ ਆਪਾਂ ਹਿਸਾਬ ਨਾਲ ਚੱਲਿਆ ਕਾਨੂੰਨੀ ਤੌਰ ਤੇ ਚੱਲਿਆ ਕੋਈ ਨਹੀਂ ਮੈਨੂੰ ਕੁਝ ਕਹਿ ਸਕਦਾ ਪਰ ਪੰਨੂ ਤਾਂ ਇੱਥੇ ਮਗਰ ਆਇਆ ਨਹੀਂ ਉੱਥੇ ਮੈਂ ਉਹਨੂੰ ਕਰਨਾ ਲਾ ਕਹਿੰਦਾ ਹਾਂ ਇਹ ਬੋਲ ਉਹਨਾਂ ਦੀ ਬੀਬੀ ਨੂੰ ਚੱਕ ਕੇ ਲੈ ਕੇ ਇਹ ਦੋ ਮੁੰਡੇ ਜਿਹੜੇ ਮੋਗੇ ਦੇ ਉਹਨਾਂ ਨੂੰ ਉੱਥੇ ਛਡਵਾਇਆ ਹੀ ਉਹਨਾਂ ਨੂੰ ਜਿਹੜੇ ਮੁੰਡੇ ਭੈਣ ਨੂੰ ਚੱਕ ਲਿਆ ਸੀ ਤਾਂ ਉਹ ਕਰ ਲਿਆ ਸੀ ਉਹਨਾਂ ਤੋਂ ਆ ਗਏ ਆਏ ਨੇ ਹਾਂ ਅੱਜ ਅਸੀਂ ਪਿੰਡ ਕਰਮਗੜ ਵਿਖੇ ਆਏ ਆ ਕਲੱਬ ਦਾ ਨਾਮ ਕੀ ਹੈ ਛੋਟਾ ਬਾਜਪਾਈ ਸਪੋਰਟਸ ਕਲੱਬ ਬਾਜਪਾਈ ਸਪੋਰਟਸ ਕਲੱਬ ਨੌਜਵਾਨਾਂ ਨੇ ਬਣਾਇਆ ਪਿੰਡ ਦੀ ਭਲਾਈ ਵਾਸਤੇ ਜਿਨ੍ਹਾਂ ਨੇ ਆ ਛੋੜਾ ਪਾਰਕ ਨਹੀਂ ਨਿਗਾ ਮੜੀ ਕਰੀਮ ਕੈਮਰਾ ਪਾਰਕ ਆ ਪਾਰਕ ਬਣਾਇਆ ਇਹਨਾਂ ਨੇ ਬਹੁਤ ਜੱਦੋ ਜਹਿਦ ਨੇ ਆਪਦੇ ਕੋਲ ਹਾਂ ਨਾ ਪੰਚਾਇਤ ਵੱਲੋਂ ਤੇ ਇਹਨਾਂ ਨੇ ਆਪਣੇ ਮਿਹਨਤ ਦੇ ਨਾਲ ਤਿਆਰ ਕੀਤਾ ਹੈ ਚੰਗੇ ਕੰਮਾਂ ਵਾਸਤੇ ਖੂਨਦਾਨ ਕੈਂਪ ਲਾਉਣੇ ਜਾਂ ਹੋਰ ਇਹੋ ਜਿਹੇ ਕੰਮ ਕਰਦੇ ਨੇ ਤੇ ਇਹਨਾਂ ਨੇ ਆਪਣੇ ਯੋਧਿਆਂ ਦੀਆਂ ਜਿਹੜੀਆਂ ਸਾਡੇ ਸਰਦਾਰ ਯੋਧੇ ਹੋਏ ਨੇ ਬੰਦਾ ਸਿੰਘ ਬਹਾਦਰ ਦੀ ਫੋਟੋ ਹੈ ਬਾਬਾ ਦਲੀਪ ਸਿੰਘ ਜੀ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਦੀ ਅਤੇ ਹੋਰ ਯੋਧਿਆਂ ਦੀਆਂ ਨੇ ਭਗਤ ਸਪੂਤ ਸਿੰਘ ਪੂਰਨ ਸਿੰਘ ਦੀ ਫੋਟੋ ਹੈ ਤੇ ਸਾਡੇ ਜਰਨੈਲ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਦੀ ਫੋਟੋ ਹੈ ਅੱਜ ਕਿਸੇ ਮੁਖਬਰ ਨੇ ਪਿੰਡ ਦੇ ਵਿੱਚੋਂ ਪੁਲਿਸ ਨੂੰ ਇਤਲਾਹ ਦੇ ਕੇ ਇਹ ਕਿਹਾ ਗਾ ਕਿ ਵੀ ਇੱਥੇ ਭੜਕਾਊ ਫੋਟੋਆਂ ਲੱਗੀਆਂ ਹੋਈਆਂ ਨੇ ਇਹਨਾਂ ਫੋਟੋਆਂ ਨੂੰ ਫਾੜਿਆ ਜਾਵੇ ਤਾਂ ਪੁਲਿਸ ਨੇ ਆ ਕੇ ਦੋ ਜਿਪਸੀਆਂ ਦੇ ਵਿੱਚ ਪਿੰਡ ਦੇ ਹੀ ਬੰਦਿਆਂ ਤੋਂ ਜ਼ੋਰਾ ਜ਼ਰਬੀ ਨਾਲ ਇਹ ਸਾਡੇ ਯੋਧਿਆਂ ਦੀਆਂ ਫੋਟੋਆਂ ਪਾੜਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਸੰਤ ਜਰਨੈਲ ਸਿੰਘ ਜਿਹੜੇ ਭਿੰਡਰਾਂ ਵਾਲੇ ਨੇ ਜਾਂ ਸਾਡੇ ਯੋਧੇ ਨੇ ਇਹ ਸਾਡੇ ਕੌਮੀ ਸ਼ਹੀਦ ਨੇ ਖਾਸ ਕਰਕੇ ਜਰਨੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਐਲਾਨਿਆ ਗਿਆ ਜੇ ਮੈਂ ਕਹਿੰਦਾ ਵੀ ਅੱਜ 34 ਸਾਲਾਂ ਬਾਅਦ ਵੀ ਉਹ ਕਿੱਡਾ ਵੱਡਾ ਸਾਡਾ ਯੋਧਾ ਹੋਊਗਾ ਜਿਹਦੀਆਂ ਫੋਟੋਆਂ ਤੋਂ ਸਰਕਾਰਾਂ ਨੂੰ ਡਰ ਲੱਗ ਰਿਹਾ ਅਸੀਂ ਪੁਲਿਸ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਸਾਡੇ ਭੈਣ ਭਰਾ ਨੇ ਖਾਸ ਕਰਕੇ SHO ਸਾਹਿਬ ਨੇ ਜਿਹੜੇ ਉਹ ਬੜੇ ਚੰਗੇ ਨੇਗੇ ਇਸ ਇਲਾਕੇ ਦੇ ਪਰ ਇਹੋ ਜਿਹੇ ਮੁਖਬਰਾਂ ਦੇ ਪਿੱਛੇ ਲੱਗ ਕੇ ਇਹੋ ਜਿਹੇ ਹਾਲਾਤ ਕੋਈ ਪਿੰਡ ਦੇ ਵਿੱਚ ਖਰਾਬ ਹੋਣ ਉਹਨਾਂ ਨੂੰ ਵੀ ਨਹੀਂ ਇਹ ਕਰਨਾ ਚਾਹੀਦਾ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਕਿਸੇ ਗਲਤ ਰਸਤੇ ਨਹੀਂ ਇਹ ਨਸ਼ਿਆਂ ਤੋਂ ਦੂਰ ਨੇ ਆਪਣੇ ਸਾਥੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਇਹ ਪ੍ਰੇਰਿਤ ਕਰਦੇ ਨੇ ਚੰਗੇ ਮੁੰਡੇ ਨੇ ਚੰਗੇ ਕੰਮ ਇਹ ਕਰਦੇ ਨੇ ਇਹਨਾਂ ਨੂੰ ਕਰਨ ਦਿਓ ਅਤੇ ਇਹਨਾਂ ਦੇ ਉੱਤੇ ਦਹਿਸ਼ਤ ਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਅਤੇ ਮੇਰੇ ਨਾਲ ਪਾਰਟੀ ਦੇ ਜ਼ਿਲ੍ਹਾ ਸਾਡੇ ਜ਼ਿਲ੍ਹੇ ਦੇ ਬੀਬੀ ਸੁਖਜੀਤ ਕੌਰ ਜੀ ਆਏ ਨੇਗੇ ਸਾਡੇ ਸਰਕਲ ਦੇ ਪ੍ਰਧਾਨ ਨੇ ਮਹਿੰਦਰ ਸਿੰਘ ਸਹਿਜੜਾ ਯੂਥ ਦੇ ਆਗੂ ਨੇ ਅਤੇ ਦਾਸ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਮੇਰੇ ਨਾਲ ਸਾਡੇ ਸਰਕਲ ਸਹਿਣੇ ਦੇ ਪ੍ਰਧਾਨ ਵੀ ਨੇ ਅਤੇ ਸਾਡੇ ਨਾਲ ਸਾਡੇ ਕੌਮੀ ਜਰਨੈਲ ਸਰਦਾਰ ਮਾਸਟਰ ਕਰਨੈਲ ਸਿੰਘ ਨਾਰੀਕੇ ਜਿਹੜੇ ਸਾਡੇ ਜਰਨਲ ਸਕੱਤਰ ਨੇ ਪਾਰਟੀ ਦੇ ਅਤੇ ਜਥੇਬੰਦਕ ਸਕੱਤਰ ਸਾਡੇ ਪੰਜਾਬ ਦੇ ਗੁਰਨੈਬ ਸਿੰਘ ਜੀ ਰਾਮਪੁਰਾ ਸਾਹਿਬ ਉਹ ਵੀ ਆਏ ਨੇ ਅਤੇ ਇਹ ਸਾਰਾ ਅਸੀਂ ਮੌਕਾ ਵੇਖਣ ਆਏ ਹਾਂ ਕਿ ਨੌਜਵਾਨਾਂ ਦਾ ਸਾਨੂੰ ਫੋਨ ਗਿਆ ਸੀ ਵੀ ਸਾਡੇ ਨਾਲ ਯਾਦਦਾਸ਼ਤੀ ਮੁਖਬਰ ਦੇ ਕਿਸੇ ਮੁਖਬਰ ਦੇ ਕਹਿਣ 'ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਜਿਹੜੇ SHO ਸਾਹਿਬ ਨੇ ਬੜੇ ਚੰਗੇ ਨੇ DSP ਸਾਹਿਬ ਵੀ ਬੜੇ ਚੰਗੇ ਨੇ ਉਹਨਾਂ ਨੂੰ ਇਹੋ ਜਿਹੇ ਮੁਖਬਰਾਂ ਦੇ ਪਿੱਛੇ ਲੱਗ ਕੇ ਬੱਚਿਆਂ ਨੂੰ ਇਹੋ ਜਿਹੇ ਚੰਗੇ ਕੰਮ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਸਾਡੇ ਅੱਜ ਜਿਹੜਾ ਯੂਥ ਹੈ ਨਹੀਂ ਤਾਂ ਐਕਟਰਾਂ ਪਿੱਛੇ ਲੱਗੇ ਹੋਏ ਨੇ ਅਤੇ ਜਾਂ ਗਲਤ ਕੰਮਾਂ 'ਚ ਲੱਗੇ ਹੋਏ ਨੇ ਨਸ਼ਿਆਂ 'ਚ ਲੱਗੇ ਹੋਏ ਨੇ ਇਹ ਸਾਡੇ ਯੋਧਿਆਂ ਦੀਆਂ ਯਾਦਗਾਰਾਂ ਨੂੰ ਸੰਭਾਲਿਆ ਹੋਇਆ ਇਹਨਾਂ ਨੇ ਬਹੁਤ ਚੰਗੀ ਗੱਲ ਅਸੀਂ ਇਹਨਾਂ ਦੇ ਨਾਲ ਆ ਕੋਈ ਇਹਨਾਂ ਦੇ ਨਾਲ ਅੱਗੇ ਤੋਂ ਵਧੀਕੀ ਹੋਈ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜ੍ਹਾ ਸੁਨੇਹਾ ਦਿੱਤਾ ਸਾਰੇ ਹਾਂਜੀ ਅਤੇ ਸ਼ਾਂਤੀ ਨੂੰ ਕਰੋ ਕੋਈ ਗੱਲ ਨਹੀਂ